ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਮੋਗੇ ਤੋਂ ਡਾਕਟਰ ਅਮਰੀਕ ਸਿੰਘ ਕੰਡਾ। ਤੁਸੀਂ ਮੇਰੇ ਪ੍ਰੋਗਰਾਮ ਅਕਸਰ ਰੇਡੀਓ 'ਤੇ ਸੁਣਦੇ ਰਹਿੰਦੇ ਹੋ, ਔਰ ਮੇਰੇ ਆਰਟੀਕਲਸ ਤੁਸੀਂ ਅਖਬਾਰਾਂ ਵਿੱਚ, ਮੈਗਜ਼ੀਨਾਂ ਵਿੱਚ ਪੜ੍ਹਦੇ ਰਹਿੰਦੇ ਹੋ। ਸਿਹਤ ਸੰਬੰਧੀ ਮੈਂ ਹਰ ਰੋਜ਼ ਤੁਹਾਡੇ ਲਈ ਕੁਛ ਨਾ ਕੁਛ ਲੈ ਕੇ ਹਾਜ਼ਰ ਹੁੰਦਾ ਹਾਂ। ਸੋ ਅੱਜ ਵੀ ਮੈਂ ਤੁਹਾਡੇ ਲਈ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ, ਸਿਹਤ ਸੰਬੰਧੀ ਜਿਹੜੀਆਂ ਹੈਗੀਆਂ ਛੋਟੀ ਛੋਟੀਆਂ ਗੱਲਾਂ ਨੇ, ਛੋਟੀ ਛੋਟੀਆਂ ਜਿਹੜੀਆਂ ਆਪਾਂ ਬਿਮਾਰੀਆਂ ਨੂੰ ਬਿਮਾਰੀਆਂ ਨਹੀਂ ਸਮਝਦੇ, ਉਹ ਬਾਅਦ ਵਿੱਚ ਵੱਡੀਆਂ ਹੋ ਜਾਂਦੀਆਂ ਨੇ। ਸੋ ਫਿਰ ਆਪਾਂ ਡਾਕਟਰਾਂ ਕੋਲ ਜਾਂਦੇ ਹਾਂ, ਆਪਾਂ ਆਪਦੀਆਂ ਜੇਬਾਂ ਕਟਵਾਉਂਦੇ ਹਾਂ। ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨ, ਸਭ ਤੋਂ ਪਹਿਲਾਂ ਅੱਜ ਕੱਲ੍ਹ ਨਵੀਂ ਜਨਰੇਸ਼ਨ ਦੀ ਗੱਲ ਕਰਦਾ। ਗਦੂਦਾਂ ਦੀ ਬੜੀ ਪ੍ਰੋਬਲਮ ਆ ਰਹੀ ਹੈ, ਗਦੂਦ ਵੱਧ ਜਾਂਦੇ ਨੇ। ਗਦੂਦਾਂ ਦੀ ਮੈਂ ਗੱਲ ਤਾਂ ਕਰ ਰਿਹਾ, ਅਜੇ 27-28 ਸਾਲ ਦਾ ਇੱਕ ਮੁੰਡਾ ਮੇਰੇ ਕੋਲ ਆਇਆ, ਕਹਿੰਦਾ ਮੇਰੇ ਗਦੂਦ ਦੀ ਗਦੂਦਾਂ ਦੀ ਪ੍ਰੋਬਲਮ ਆ। ਆਪਾਂ ਪਿਛਲੀ ਆਪਦੀ ਅੱਜ ਤੋਂ 20-30-40 ਸਾਲ ਪਹਿਲਾਂ ਜਿਹੜੇ ਆਪਣੇ ਬਜ਼ੁਰਗ ਤੁਸੀਂ ਦੇਖੇ ਹੋਣਗੇ, ਉਹ ਚਾਦਰਾ ਲਗਾਉਂਦੇ ਹੁੰਦੇ ਸੀ ਅਤੇ ਬੈਠ ਕੇ ਉਹਨਾਂ ਨੇ ਉਹ ਜਿਹੜਾ ਬਾਥਰੂਮ ਬੈਠ ਕੇ ਕਰਦੇ ਸੀ। ਜਾਣੇ ਅਣਜਾਣੇ 'ਚ ਉਹਨਾਂ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ, ਪਰ ਜਦੋਂ ਆਪਾਂ ਬੈਠ ਕੇ ਬਾਥਰੂਮ ਕਰਦੇ ਹਾਂ, ਆਪਣਾ ਜਿਹੜਾ ਯੂਰਨ ਬਲੈਡਰ ਆ ਉਹ ਬਿਲਕੁਲ ਹੀ ਖਾਲੀ ਹੋ ਜਾਂਦਾ ਹੈ। ਜਦੋਂ ਆਪਾਂ ਖੜ ਕੇ ਬਾਥਰੂਮ ਕਰਦੇ ਹਾਂ, ਉਦੋਂ ਆਪਣੇ ਯੂਰਨ ਬਲੈਡਰ ਵਿੱਚ ਯੂਰਨ ਰਹਿ ਜਾਂਦਾ। ਸੋ ਬੜੀ ਇਹ ਵੱਡੀ ਸਮੱਸਿਆ ਅੱਜ ਦੀ ਤਰੀਕ 'ਚ ਹੈ। ਔਰ ਇਹਦੇ ਨਾਲ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਵੀ ਹਮੇਸ਼ਾ ਹੀ ਤੁਸੀਂ ਬੈਠ ਕੇ ਪਾਣੀ ਪੀਆ ਕਰੋ, ਪਾਣੀ ਕੋਸਾ ਪੀਆ ਕਰੋ, ਕੁੱਟ ਕੁੱਟ ਕਰਕੇ ਪੀਆ ਕਰੋ। ਬੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ, ਪਰ ਇਹਦੇ ਤੰਦਰੁਸਤ ਰਹਿਣ ਦੇ ਬੜੇ ਮੁਫਤ ਦੇ ਮੰਤਰ ਨੇ। ਮੁਫਤ ਦੇ ਮੰਤਰ ਮੈਂ ਤਾਂ ਕਿਹਾ ਵੀ ਦੇਖੋ ਇਹਦੇ ਇਹਦੇ 'ਤੇ ਕੋਈ ਖਰਚਾ ਨਹੀਂ ਹੋਣਾ ਆਪਣਾ। ਸੋ ਇਹ ਚੀਜ਼ਾਂ ਨੂੰ ਤੁਸੀਂ ਅਡੋਪਟ ਕਰੋ ਪਰਮਾਨੈਂਟਲੀ। ਸੋ ਮੈਂ ਇੱਥੇ ਜਿਹੜੇ ਆਰਟੀਕਲਸ ਕੋਈ ਬੋਲਦਾ ਹੁੰਦਾ ਜਾਂ ਕੁਛ, ਉਹ ਤੁਸੀਂ ਆਪਦੇ ਪਰਿਵਾਰ 'ਚ ਆਪਣੇ ਦੋਸਤਾਂ ਮਿੱਤਰਾਂ 'ਚ ਸਾਂਝਾ ਕਰਿਆ ਕਰੋ, ਕਿਉਂਕਿ ਸਾਰੇ ਆਪਾਂ ਤੰਦਰੁਸਤ ਰਹੀਏ। ਸੋ ਮੈਂ ਇੱਕ ਛੋਟੀ ਜਿਹੀ ਗੱਲ ਇੱਥੇ ਕਰਨ ਜਾ ਰਿਹਾ ਤੁਹਾਨੂੰ, ਅੱਜ ਮੈਂ ਮੁਫਤ ਦੇ ਮੰਤਰ ਹੀ ਦੇ ਰਿਹਾ। ਅੱਜ ਇੱਕ ਹੋਰ ਤੁਹਾਨੂੰ ਮੰਤਰ ਦਿੰਦਾ ਮੈਂ ਮੁਫਤ ਦਾ, ਹੈ ਕਿ ਜੀ ਕੈਂਫਰ ਕਹਿੰਦੇ ਆ ਜੀ ਅੰਗਰੇਜ਼ੀ ਵਿੱਚ, ਅਤੇ ਪੰਜਾਬੀ 'ਚ ਕਹਿੰਦੇ ਮੁਸ਼ਕਪੂਰ, ਕ੍ਰਿਸਟਲ ਕਲੀਅਰ ਹੁੰਦਾ ਜੀ ਉਹ, ਬਿਲਕੁਲ ਕ੍ਰਿਸਟਲ ਕਲੀਅਰ ਕੈਂਫਰ ਮੁਸ਼ਕਪੂਰ ਦੇ ਕਿੰਨੇ ਫਾਇਦੇ ਨੇ। ਸਭ ਤੋਂ ਪਹਿਲਾਂ ਤਾਂ ਉਹ ਆਪਦੇ ਆਪ 'ਚ ਪੋਜ਼ਿਟਿਵਿਟੀ ਹੈ ਜੀ, ਉਹ ਘਰ 'ਚੋਂ ਹਮੇਸ਼ਾ ਹਮੇਸ਼ਾ ਲਈ ਨੈਗਟਿਵਿਟੀ ਚੱਕ ਦਿੰਦਾ, ਘਰ ਵਿੱਚ ਕਲੇਸ਼ ਨਹੀਂ ਦਿੰਦਾ, ਘਰ ਵਿੱਚ ਸਾਰੇ ਹੀ ਚੰਗੀ ਸੋਚ ਰੱਖਣ ਲੱਗ ਜਾਂਦੇ ਨੇ। ਸੋ ਇਹ ਤਾਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਬਈ, ਮੈਂ ਤਕਰੀਬਨ ਪਿਛਲੇ 25 ਸਾਲ ਤੋਂ ਇਹ ਵਰਤਦਾ ਆ ਰਿਹਾ, ਇਹਨੂੰ ਅਸੀਂ ਦਵਾਈਆਂ 'ਚ ਵੀ ਯੂਜ਼ ਕਰਦੇ ਹਾਂ। ਇਹਦੇ ਕਿੰਨੇ ਫਾਇਦੇ ਨੇ ਮੈਂ ਤੁਹਾਨੂੰ ਗਿਣਾਏ ਨਹੀਂ ਜਾ ਸਕਦੇ, ਮੋਟੇ ਮੋਟੇ ਜਿਹੜੇ ਫਾਇਦੇ ਆ ਉਹ ਮੈਂ ਤੁਹਾਨੂੰ ਦੱਸਦਾ ਵੀ, ਜੇ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਐਲਰਜੀ ਹੋਈ ਹੈ, ਇਹ ਤੁਸੀਂ ਮੁਸ਼ਕਪੂਰ ਨੂੰ 1 ਚਮਚਾ ਮੁਸ਼ਕਪੂਰ, 2-3 ਲੌਂਗ, 2-3 ਛੋਟੀਆਂ ਹਰੀਆਂ ਇਲਾਇਚੀਆਂ ਨੂੰ ਪੀਸ ਲਓ, ਅਤੇ ਉਹਨੂੰ ਉਹਦੇ ਵਿੱਚ ਪੀਸ ਕੇ, ਅਤੇ ਉਹਦੇ ਵਿੱਚ ਤੁਸੀਂ ਇੱਕ ਪੋਟਲੀ ਜਿਹੀ ਬਣਾ ਲਓ, ਅਤੇ ਉਸਨੂੰ ਆਪਦੀ ਜੇਬ 'ਚ ਰੱਖੋ, ਆਪਦੇ ਬੈੱਡਰੂਮ 'ਚ ਰੱਖੋ, ਆਪਦੇ ਕਾਰ 'ਚ ਰੱਖੋ, ਜਿੱਥੇ ਤੁਸੀਂ ਬੈਠਦੇ ਉੱਠਦੇ ਹੋ ਉਹਨੂੰ ਸੁੰਘੋ। ਜਿੰਨੀ ਤੁਸੀਂ ਉਹਨੂੰ ਜ਼ਿਆਦਾ ਸੁੰਘੋਗੇ, ਉਨੀ ਤੁਹਾਡੀ ਜਿਹੜੀ ਹੈਗੀ ਆ ਬ੍ਰੇਨ ਤੁਹਾਡਾ ਸ਼ਾਰਪ ਹੋਊਗਾ, ਉਹਦੇ ਨਾਲ ਤੁਹਾਨੂੰ ਕਿਸੇ ਕਿਸਮ ਦੀ ਕੋਈ ਐਲਰਜੀ ਆ, ਛਿੱਕਾਂ, ਜ਼ੁਕਾਮ ਆ, ਇਹ ਠੀਕ ਹੋਊਗਾ। ਸੋ ਵਾਲਾਂ ਨੂੰ ਮਜ਼ਬੂਤ ਕਰਦਾ ਇਹ, ਤੁਸੀਂ ਇਹਨੂੰ ਪੀਸ ਕੇ ਨਾਰੀਅਲ ਤੇਲ 'ਚ ਪਾ ਲਓ ਔਰ ਇਹਨੂੰ ਧੁੱਪੇ ਰੱਖੋ, ਬਹੁਤ ਵਧੀਆ ਚੀਜ਼ ਆ ਇਹ। ਸੋ ਚਮੜੀ ਦੀ ਖਾਰਸ਼ ਹੁੰਦੀ ਆ ਉਹਦੇ ਲਈ ਬਹੁਤ ਅੱਛੀ ਆ ਇਹ, ਤੁਸੀਂ ਇਹਨੂੰ ਲਗਾਓ ਮੁਸ਼ਕਪੂਰ ਨੂੰ ਤੇਲ 'ਚ ਪਾ ਕੇ। ਸੋ ਇੱਕ ਹੋਰ ਮੈਂ ਇਹਦੇ ਨਾਲ ਇਹ ਚੀਜ਼ ਐਡ ਕੀਤੀ, ਇੱਕ ਅਸੀਂ ਇਹਨੂੰ ਗੁੱਡ ਨਾਈਟ ਹੁੰਦੀ ਜਿਹੜੀ ਲਿਕਡ, ਤੁਸੀਂ ਉਸ ਨੂੰ ਖਾਲੀ ਕਰ ਲਓ, ਅਤੇ ਉਹਦੇ ਵਿੱਚ ਤੁਸੀਂ ਇੱਕ ਥੋੜ੍ਹੀ ਜਿਹੀ ਨਿੰਮ ਦਾ ਤੇਲ ਅਤੇ ਥੋੜ੍ਹਾ ਜਿਹਾ ਇਹ ਮੁਸ਼ਕਪੂਰ ਪਾ ਦਿਓ, ਅਤੇ ਤੁਹਾਡੇ ਕਦੇ ਵੀ ਮੱਖੀ ਮੱਛਰ ਨਹੀਂ ਆਏਗਾ,
ਔਰ ਉਹਦੀ ਖੁਸ਼ਬੂ, ਉਹਦੀ ਫ੍ਰੈਗਨੈਂਸ ਬਹੁਤ ਅੱਛੀ ਹੈ। ਸੋ ਇਹਦੇ ਕਿੰਨੇ ਫਾਇਦੇ ਨੇ, ਮੈਂ ਇਹ ਜੇ ਕਿਸੇ ਨੇ ਲੈਣਾ ਹੋਵੇ, ਸਾਡੇ ਕੋਲ ਓਰਿਜਿਨਲ ਕ੍ਰਿਸਟਲ ਕਲੀਅਰ ਹੁੰਦਾ ਤਕਰੀਬਨ, ਅਸੀਂ ਸਾਲ ਦਾ ਜ਼ਿਆਦਾ ਨਹੀਂ ਤਾਂ 5 ਕੁਇੰਟਲ ਦੇ, 5 ਕੁਇੰਟਲ ਦੇ ਕਰੀਬ ਲੱਗ ਜਾਂਦਾ ਹੈਗਾ। ਸੋ ਇਹ ਤੁਸੀਂ ਆਪਦੇ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਠੀਕ ਰੱਖਣ ਲਈ ਇਹ ਸਾਰਿਆਂ ਨਾਲੋਂ ਵਧੀਆ ਫਾਰਮੂਲੇਸ਼ਨ ਹੈ ਵੀ ਇਸ ਨੂੰ ਤੁਸੀਂ ਆਪਦੇ ਘਰੇ ਲਗਾਓ, ਗੁੱਡ ਨਾਈਟ ਦੇ ਵਿੱਚ ਪਾ ਕੇ ਲਗਾਓ। ਤੁਸੀਂ ਜਿੰਨਾ ਉੱਡੂਗਾ ਇਹ ਉਨਾ ਹੀ ਤੁਹਾਡੇ ਪੋਜ਼ਿਟਿਵਿਟੀ ਆਊਗੀ, ਤੁਹਾਡਾ ਆਂਢ ਗਵਾਂਢ ਗਲੀ ਸਾਰੀ ਬਿਲਕੁਲ ਪੋਜ਼ਿਟਿਵ ਰਹੇਗੀ। ਸੋ ਦੋਸਤੋ ਇਹ ਸੀ ਮੈਂ ਅੱਜ ਤੁਹਾਨੂੰ ਦੱਸਿਆ। ਸੋ ਇਹਨੂੰ ਵੱਧ ਤੋਂ ਵੱਧ ਜਿਹੜੇ ਮੇਰੇ ਆਪਦੇ ਆਪ ਨੂੰ ਸ਼ੇਅਰ ਕਰਿਆ ਕਰੋ ਇਸ ਨੂੰ, ਇਹ ਚੀਜ਼ਾਂ ਮੈਂ ਬੋਲਦਾ ਹੁੰਦਾ। ਮੇਰਾ ਯੂਟਿਊਬ 'ਤੇ ਵੀ ਤੁਸੀਂ ਸੁਣਦੇ ਹੀ ਸੁਣਦੇ ਹੋ, ਮੇਰਾ ਉੱਥੇ ਫੇਸਬੁੱਕ 'ਤੇ ਪੇਜ ਬਣਾਇਆ ਡਾਕਟਰ ਅਮਰੀਕ ਸਿੰਘ ਕੰਡਾ, ਤੁਸੀਂ ਉੱਥੇ ਜਾ ਕੇ ਹੋਰ ਵੀ ਫਾਇਦਾ ਲੈ ਸਕਦੇ ਹੋ। ਸੋ ਮੇਰੇ ਨਾਲ ਕਿਸੇ ਨੇ ਕੋਈ ਮੇਰੇ ਤੋਂ ਦਵਾਈ ਲੈਣੀ ਹੋਵੇ, ਕੋਈ ਜੜੀ ਬੂਟੀ ਲੈਣੀ ਹੋਵੇ, ਤਾਂ ਮੇਰੇ ਨਾਲ ਫੋਨ ਕਰ ਸਕਦੇ ਹੋ। ਮੇਰਾ ਮੋਬਾਈਲ ਨੰਬਰ ਹੈ 9855 3566 9855 3566 5568। ਤੰਦਰੁਸਤ ਰਹੋ, ਖੁਸ਼ ਰਹੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।